जलंधर च इंटेलीजेंस अते पंजाब पुलिस ने मिलके वड्डी रेड कीती है। पता लगा कि गड़ा रोड स्थित एक वड्डे हस्पताल दे कोल रहंदे एक व्यक्ति दे घर च रेड कीती गई है। पुलिस दे सूत्रां मुताबक पिछले दिनी अमृतसर च बरामद कीते गए टिफन बंब दे तार जलंधर नाल जुड़े पाए गए हन। इस दे नाल ही पाकिस्तान दा कनेक्शन भी सामने आया। काउंटर इंटेलीजेंस दी टीम ने गड़ा रोड ते रहंदे जसवीर सिंह रोडे दे घर रेड कीती अते उस दे बेटे गुरमुख सिंह नू गिरफ्तार कीता है। इस दे नाल ही पंजाब पुलिस वल्लों दो मुख कारकुना नू भी गिरफ्तार कीता गया है। मौके तो पुलिस नू चार हैंड ग्रेनेड एक टिफन बंब RDX भी मिले ने। दस्या जा रहा है कि गुरमुख सिंह दा पिता पहला अतवादी मामले च विवादित रहा है। हाल च इन्हां दे घर ते NIA ने नोटिस भी भेजा है। खबर मिली है कि अमृतसर च जो टिफन बंब मिलिया सी उन्हां च कुछ लोकां दी गिरफ्तारी होई सी जिन्हां ने जलंधर दे इस नौजवान दा नां लिया सी। उथे दूजे पासे जसवीर सिंह रोडे ने कहा कि उन्हां नूं जान बुझ के तंग परेशान कीता जा रहा है। उन्हां दे घर चों कोई समान नहीं मिलिया, उस दे बेटे नूं गलत फसाया जा रहा है। 12:15 बजे पुलिस ने मेरे घर रेड कीती आ। ਕਹਿੰਦਾ ਡੱਪ ਕੇ ਅੰਦਰ ਗਏ ਆ ਅਤੇ ਅੰਦਰ ਜਾ ਕੇ ਉਹਨਾਂ ਨੇ ਅੰਦਰਲਾ ਬਾਹਰ ਖੜਕਾਇਆ, ਮੈਂ ਬਾਹਰ ਨਿਕਲਿਆ। ਮੇਰੀ ਸਿਹਤ ਠੀਕ ਨਹੀਂ ਸੀ, ਮੇਰੀ ਹਾਰਟ ਦੀ ਥੋੜ੍ਹੀ ਪ੍ਰੋਬਲਮ ਸੀਗੀ, 4 ਸਟੰਟ ਪਏ, ਮੈਂ ਹੁਣ ਵੀ ਹੋਸਪਿਟਲ ਚੱਲਿਆ ਅਤੇ ਬਾਂਹ 'ਤੇ ਮੇਰੀ ਕਾਫੀ ਸਟੈਚਿੰਗ ਹੋਈ ਵੀ ਆ। ਜਦੋਂ ਉਹਨਾਂ ਨੇ ਆ ਕੇ ਕਿਹਾ ਕਿ ਗੁਰਮੁਖ ਸਿੰਘ ਨੂੰ ਅਸੀਂ ਲੈਣ ਆਏ ਹਾਂ, ਇਹਦੇ ਕੋਲ ਕੋਈ ਇਤਰਾਜ਼ਯੋਗ ਸਮੱਗਰੀ ਆ, ਮੈਂ ਕਿਹਾ ਆ ਜਾਓ ਤੁਸੀਂ ਅੰਦਰ ਆਓ। ਅੰਦਰ ਆ ਗਏ, 10-12 ਜਣੇ ਸੀਗੇ, ਕੁਛ ਉੱਪਰਲੀ ਮੰਜ਼ਿਲ ਚਲੇ ਗਏ, ਕੁਛ ਥੱਲੇ ਖੜੇ ਰਹੇ, ਮੈਂ ਵੀ ਉੱਪਰ ਚਲੇ ਗਿਆ। ਉਹਨਾਂ ਨੇ ਕਾਫੀ ਬਰੀਕੀ ਦੇ ਨਾਲ ਗੁਰਮੁਖ ਦੇ ਬੈੱਡਰੂਮ ਦੀ ਤਲਾਸ਼ੀ ਲਈ। ਤਲਾਸ਼ੀ ਲੈ ਕਹਿੰਦੇ ਰਹੇ ਤੇਰੇ ਕੋਲ ਆਹ ਸਮਾਨ ਹੈ, ਤੇਰੇ ਕੋਲ ਆਹ ਸਮਾਨ ਹੈ, ਤੇਰੇ ਕੋਲ ਆਹ ਸਮਾਨ ਹੈ। ਉਹ ਕਹਿੰਦੇ ਵੀ ਆਹ ਮੇਰਾ ਬੈੱਡਰੂਮ ਹੈ, ਜਿੱਥੇ ਤੁਸੀਂ ਚਾਹੁੰਦੇ ਤਲਾਸ਼ੀ ਲੈ ਲਓ। ਉਹਨਾਂ ਤਲਾਸ਼ੀ ਲਈ, ਤਲਾਸ਼ੀ ਦੌਰਾਨ ਮੇਰੇ ਸਾਹਮਣੇ ਉਹਨਾਂ ਨੂੰ ਕੁਛ ਨਹੀਂ ਮਿਲਿਆ। ਫਿਰ ਸਾਰੇ ਥੱਲੇ ਆ ਗਏ, ਗੁਰਮੁਖ ਵੀ ਥੱਲੇ ਆ ਗਿਆ, ਬੈਠੇ ਰਹਿਣ ਤੋਂ ਬਾਅਦ ਉਹ ਗੁਰਮੁਖ ਨੂੰ ਨਾਲ ਲੈ ਕੇ ਚਲੇ ਗਏ, ਵਿਦਾਊਟ ਕੋਈ ਸਮੱਗਰੀ, ਵਿਦਾਊਟ ਕੋਈ ਇਹੋ ਜਿਹਾ ਸਮਾਨ ਜਿਹੜਾ ਇਤਰਾਜ਼ਯੋਗ ਹੋਵੇ, ਲੈ ਕੇ ਚਲੇ ਗਏ। ਬਾਅਦ 'ਚ ਗੁਰਮੁਖ ਨੂੰ ਉਹਨੇ ਲੈ ਕੇ ਆਏ, ਕੋਈ ਘੰਟੇ ਕੁ ਬਾਅਦ ਫਿਰ 10-15 ਜਣੇ ਫਿਰ ਆਏ ਆ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਦੁਬਾਰਾ ਤਲਾਸ਼ੀ ਲੈਣੀ ਆ। ਮੈਂ ਕਿਹਾ ਵੀ ਮੈਂ ਵਾਰ ਵਾਰ ਚੜ੍ਹ ਨਹੀਂ ਸਕਦਾ, ਮੇਰੀ ਸਿਹਤ ਨਹੀਂ ਠੀਕ, ਅਤੇ ਤੁਸੀਂ ਜਿੱਥੇ ਚਾਹੁੰਦੇ ਤਲਾਸ਼ੀ ਲੈ ਲਓ। ਇਸ ਦੌਰਾਨ ਮੇਰਾ ਗਨਮੈਨ ਵੀ ਇੱਥੇ ਸੀ, ਮੇਰਾ ਭਤੀਜਾ ਵੀ ਇੱਥੇ ਸੀਗਾ। ਉਹਨਾਂ ਨੇ ਫਿਰ 2-3 ਘੰਟੇ ਤਲਾਸ਼ੀ ਲਈ ਅਤੇ ਫਿਰ ਉਹ 2-3 ਬੈਗ ਉੱਪਰੋਂ ਲੈ ਕੇ ਆਏ ਕਿ ਆਹ ਸਾਨੂੰ ਸਮਾਨ ਮਿਲਿਆ। ਮੈਨੂੰ ਨਹੀਂ ਪਤਾ ਉਹ ਨਾਲ ਲੈ ਕੇ ਆਏ ਸੀ, ਮੈਨੂੰ ਨਹੀਂ ਪਤਾ ਉਹ ਕਮਰੇ 'ਚੋਂ ਮਿਲਿਆ ਕੀ ਹੈ ਕੀ ਨਹੀਂ ਹੈ। ਅੱਜ ਉਹਨਾਂ ਨੇ 4:30 ਵਜੇ ਅੱਜ ਸ਼ਾਮ ਨੂੰ ਅਦਾਲਤ 'ਚ ਪੇਸ਼ ਕਰਨਾ ਹੈ। ਉਸ ਤੋਂ ਬਾਅਦ ਜੀ ਚਾਰਜਸ਼ੀਟ ਹੋਊਗੀ, ਉਹ ਤੋਂ ਪਤਾ ਲੱਗੂ ਕੀ ਹੈ ਕੀ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ NIA ਸੀ, ਕੋਈ ਪੰਜਾਬ ਪੁਲਿਸ ਸੀ, ਜਲੰਧਰ ਪੁਲਿਸ ਸੀ, ਜਾਂ ਕੋਈ ਕਪੂਰਥਲਾ ਪੁਲਿਸ। ਪੁੱਛਗਿੱਛ ਤੇ ਹੁੰਦੀ ਰਹੀ ਆ। ਦੇਖੋ 1984 ਤੋਂ ਬਾਅਦ ਮੈਂ 8 ਸਾਲ ਜੇਲ੍ਹ 'ਚ ਰਿਹਾ ਅਤੇ ਉਸ ਤੋਂ ਬਾਅਦ ਜਦੋਂ ਮੈਂ 92-93-94 ਦੇ ਵਿੱਚ ਫਿਰ ਮੇਰੇ 'ਤੇ ਵੀ ਇੱਕ ਇਹੋ ਜਿਹਾ ਕੇਸ ਪਾ ਦਿੱਤਾ ਗਿਆ ਸੀ ਜਿਹਦੇ 'ਚ ਅਸੀਂ ਬਰੀ ਹੋਏ। ਉਸ ਤੋਂ ਬਾਅਦ ਹੁਣ ਜਦੋਂ ਕਿਸਾਨ ਮੋਰਚਾ ਚੱਲਿਆ, ਉਹ 'ਤੇ ਵੀ ਇੰਨੇ ਮੇਰੇ ਤੋਂ ਪੁੱਛਗਿੱਛ ਕੀਤੀ ਕੋਈ 5-6 ਘੰਟੇ। ਅਤੇ ਉਹਨਾਂ ਨੇ ਵੀ ਕੋਈ ਇਹੋ ਜਿਹਾ ਮੇਰੇ 'ਤੇ ਬਲੇਮ ਸਾਬਤ ਨਹੀਂ ਕੀਤਾ, ਕਿਉਂਕਿ ਮਿਹਨਤ ਇਹੀ, ਤੁਹਾਨੂੰ ਪੈਸਾ ਕਿੱਥੋਂ ਆਉਂਦਾ, ਲੰਗਰ ਕਿਵੇਂ ਚੱਲਦੇ ਆ, ਮੈਡੀਕਲ ਕੈਂਪ ਕਿਵੇਂ ਚੱਲਦੇ ਆ, ਇੱਦਾਂ ਦੀਆਂ ਗੱਲਾਂ ਬਹੁਤ ਹੋਈਆਂ, ਪਰ ਕੋਈ ਗੱਲ ਨਹੀਂ ਹੋਈ। ਕੋਈ ਗੱਲ ਮਤਲਬ ਇਤਰਾਜ਼ ਉਹ ਗੱਲ ਮੇਰੇ 'ਤੇ ਕੋਈ ਦੋਸ਼ ਉਹ ਸਾਬਤ ਨਹੀਂ ਕਰ ਸਕੇ। ਦੇਖੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਵੀ ਇਹ ਕੀ ਹੈ, ਕਿਸਾਨ ਮੋਰਚੇ ਕਰਕੇ ਹੈ ਜਾਂ ਕੋਈ, ਜੇ NIA ਦਾ ਕਿ ਵਾਕਿਆ ਕੋਈ ਪ੍ਰੈਸ਼ਰ ਹੈ, ਜੇ ਮੇਰੇ 'ਤੇ ਨੇ ਕੋਈ ਗੱਲ ਕੱਢੀ ਤੀ, ਜੇ ਮੇਰੇ ਬੇਟੇ 'ਤੇ ਲੈ ਕੇ ਆ ਗਏ, ਕੁਝ ਵੀ ਹੋ ਸਕਦਾ। ਦੇਖੋ ਇਹ ਰੋਜ਼ ਦਿਨ ਦੀਆਂ ਗੱਲਾਂ ਹੈ, ਰੋਜ਼ ਦਿਨ ਦੀਆਂ ਵੀ ਡਰਾਮ ਆਉਂਦੇ ਆ ਜੀ, ਅੱਜ ਫਲਾਨਾ ਉੱਥੋਂ ਫਲਾਨੀ ਬਾਰਡਰ 'ਤੇ ਸਿੱਟ ਗਿਆ, ਫਲਾਣੇ ਸਰਪੰਚ ਨੇ ਚੱਕ ਲਏ ਫਲਾਣੇ, ਇਹ ਤਾਂ ਰੋਜ਼ ਦੀਆਂ ਗੱਲਾਂ ਹੈ। ਉਹਨੂੰ ਕਿਤੇ ਨਾ ਕਿਤੇ ਜੋੜਨ ਵਾਸਤੇ ਹੋ ਸਕਦਾ ਵੀ ਉਹਦੀਆਂ ਤਾਰਾਂ ਜਲੰਧਰ ਦੇ ਕੁਝ ਨੌਜਵਾਨਾਂ ਨਾਲ ਜੋੜਦੇ ਨੇ, ਪਰ ਹਾਲੇ ਮੈਂ ਕਿਉਂਕਿ ਇੰਸ਼ੋਰ ਹੈ ਗੱਲ ਸਾਰੀ, ਪਤਾ ਨਹੀਂ ਕੀ ਹੈ ਕੀ ਕਹਾਣੀ ਹੈ ਨਹੀਂ ਹੈ,
ਇਹਤੇ ਮੈਂ ਪੁਲਿਸ ਤੇ ਵੀ ਨਹੀਂ ਦੋਸ਼ ਲਾਉਣਾ ਚਾਹੁੰਦਾ ਤੇ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਕਿ ਜੋ ਉਹ ਕਹਿ ਰਹੇ ਨੇ ਕਿ ਅਸੀਂ ਆ ਕੋਈ ਸਮੱਗਰੀ ਬਰਾਮਦ ਕੀਤੀ ਹੈ ਉਹਦੀ ਕੋਈ ਸੱਚਾਈ ਹੈ ਅੱਜ ਜਦੋਂ ਤੁਹਾਨੂੰ ਜਦੋਂ ਅੱਜ ਗੁਰੂ ਭਾਜੀ ਲੈ ਕੇ ਗਏ ਗੁਰਮੁਖ ਹੋਣਾ ਨੂੰ ਉਦੋਂ ਕੋਈ ਦੱਸਿਆ ਸੀਗਾ ਕਿ ਮਤਲਬ ਜਿਹੜਾ ਸਮਾਨ ਬਰਾਮਦ ਹੋਇਆ ਉਹਦੇ 'ਚ ਕੀ ਚੀਜ਼ਾਂ ਲੱਭੀਆਂ ਨੇ ਉਹ 'ਚ ਕੀ ਹੈ ਕਿ ਉਦੋਂ ਕੁਛ ਵੀ ਨਹੀਂ ਜਦੋਂ ਗੁਰਮੁਖ ਨੂੰ ਲੈ ਕੇ ਗਏ ਆ ਉਦੋਂ ਇੱਕ ਵੀ ਚੀਜ਼ ਨਹੀਂ ਸੀ ਇਹਨਾਂ ਕੋਲ ਕੁਝ ਵੀ ਨਹੀਂ ਸੀ ਕਹਿੰਦੇ ਸੀ ਕੁਝ ਹੋਰ ਬੰਦੇ ਫੜੇ ਉਹਨਾਂ ਦੇ ਸਾਹਮਣੇ ਕਰਨਾ ਹੈ ਗੁਰਮੁਖ ਸਿੰਘ ਦੇ ਕੋਲੋਂ ਅਸੀਂ ਇਤਰਾਜ਼ਯੋਗ ਸਮੱਗਰੀ ਪ੍ਰਾਪਤ ਕਰਨੀ ਉਹ ਇਕੱਲੇ ਗੁਰਮੁਖ ਸਿੰਘ ਨੂੰ ਅਤੇ ਉਹਦੀ ਗੱਡੀ ਲੈ ਦੱਸਿਆ ਕੁਛ ਕਿਹੜੀ ਇਤਰਾਜ਼ਯੋਗ ਸਮੱਗਰੀ ਨਹੀਂ ਮੈਨੂੰ ਨਹੀਂ ਕੁਝ ਦੱਸਿਆ ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ ਇੱਧਰ ਉੱਧਰ ਨਾ ਘੁੰਮੋ ਪੰਡਿਤ ਸੰਜੀਵ ਸ਼ਰਮਾ ਜੀ ਕਰਨਗੇ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋਏ ਜਾਓਗੇ ਜੇਕਰ ਤੁਹਾਡਾ ਪਤੀ ਪ੍ਰੇਮੀ ਜਾਂ ਬੇਟਾ ਕਿਸੇ ਦੇ ਵਸ ਵਿੱਚ ਹੈ ਤਾਂ ਨਾ ਘਬਰਾਓ ਪਿਆਰ ਵਿੱਚ ਧੋਖਾ ਖਾਦੇ ਪ੍ਰੇਮੀ ਪ੍ਰੇਮਿਕਾ ਜਲਦ ਸੰਪਰਕ ਕਰਨ ਅਸੀਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਪਰੇਸ਼ਾਨੀ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋਵੇ ਉਸਦਾ ਹੱਲ ਜ਼ਰੂਰ ਹੁੰਦਾ ਹੈ ਨਤੀਜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਏਗਾ ਜਿਵੇਂ ਵਸ਼ੀਕਰਨ ਸਪੈਸ਼ਲਿਸਟ ਲਵ ਮੈਰਿਜ ਕੋਰਟ ਕਚਹਿਰੀ 'ਚ ਜਿੱਤ ਵਿਦੇਸ਼ ਯਾਤਰਾ ਕਰਜ਼ੇ ਤੋਂ ਛੁਟਕਾਰਾ ਪਤੀ ਪਤਨੀ 'ਚ ਅਣਬਣ ਕਾਰੋਬਾਰ 'ਚ ਘਾਟਾ ਲਾਟਰੀ ਨੰਬਰ ਬਿਮਾਰੀ 'ਚ ਦਵਾ ਨਾ ਲੱਗਣਾ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ ਆਦਿ ਹਰ ਸਮੱਸਿਆ ਦਾ 100% ਗਰੰਟੀ ਨਾਲ ਹੱਲ ਇੱਕ ਫੋਨ ਤੁਹਾਡੀ ਬਦਲ ਸਕਦਾ ਹੈ ਜ਼ਿੰਦਗੀ ਤਾਂ ਫਿਰ ਸੋਚਣਾ ਛੱਡੋ ਅੱਜ ਹੀ ਆਓ ਪੰਡਿਤ ਸੰਜੀਵ ਸ਼ਰਮਾ ਫੋਨ ਨੰਬਰ 77 119 19 192